ਸੁਭਾਨ ਅੱਲਾ ਦੇਖੋ ਜੀ ਇਹ ਅੱਜ ਤਾਂ ਬੜੀ ਮੇਰਾ ਮਤਲਬ ਹੈ ਅੱਲਾ ਨੇ ਮਿਹਰਬਾਨੀ ਫਰਮਾਈ ਕਿ ਪ੍ਰੋਫੈਸਰ ਸਾਹਿਬ ਨਾਲ ਫਜ਼ਲ ਆ ਗਿਆ ਜੀ ਤੇ ਬਾਬਾ ਦੇਖੋ ਜੀ ਇਹ ਪੜੇ ਲਿਖੇ ਬੰਦੇ ਦੀ ਗੱਲ ਘੋਰ ਹੁੰਦੀ ਏ ਕੋਈ ਇੱਥੇ ਆਪਣਾ ਉਹ ਕਰਮੱਲੀ ਆਉਂਦਾ ਕਰਮੱਲੀ ਵੀ ਆਇਆਗਾ ਅੱਜ ਕੱਲ ਚ ਗਿਆ ਬਾਹਰ ਦੇ ਮੁਲਕ ਚ ਉਹ ਫਿਲਮ ਦਾ ਕੰਮ ਕਰਨ ਗਿਆ ਅੱਛਾ ਜੀ ਹਾਂ ਫਿਲਮ ਦਾ ਕੰਮ ਕਰਨ ਗਿਆ ਉੱਥੇ ਆਪਣਾ ਉਹ ਰੇ ਬੇਲੀਆਂ ਨੇ ਫਿਲਮ ਬਣਾਈ ਇੰਗਲਿਸਤਾਨ ਚ ਅੱਛਾ ਜੀ ਉੱਥੇ ਗਿਆ ਫਿਲਮ ਦਾ ਕੰਮ ਕਰਨ 18 ਤਰੀਕ ਨੂੰ ਆਉਣਾ ਉਹਨੇ ਵੇਖਣ ਗਿਆ ਕਿ ਬਣਾਉਣ ਗਿਆ ਨਹੀਂ ਜੀ ਬਣਾਉਂਦਾ ਜੀ ਬਣਾਉਂਦਾ ਬਣਾਉਂਦਾ ਉਹ ਕੰਮ ਕਰਦਾ ਵੇਚ ਹਾਂ ਕਾਰੀਗਾਰ ਹਾਂ ਕੰਮ ਕਰਦਾ ਵੇਚ ਮੈਂ ਕਹਿੰਦਾ ਜੀ ਫਿਲਮ ਵੇਖਣਾ ਵੀ ਅਸੀਂ ਤਾਂ ਬਚਪਨ ਚ ਵੇਖਿਆ ਜੀ ਹਾਂ ਐ ਜਦੋਂ ਫਿਲਮ ਮੁਗਲਿਆਜ਼ਮ ਲੱਗੀ ਨਾ ਜ ਤੇ ਬੜੀ ਬੜੀ ਦੂਰੋਂ ਜੀ ਬੱਸਾਂ ਭਰ-ਭਰ ਕੇ ਆਉਂਦੀਆਂ ਸੀ ਹਾਂ ਹਾਂ ਫਿਲਮ ਵੇਖਣਾ ਵੀ ਇੱਕ ਕੰਮ ਹੈ ਹਾਂ ਤੇ ਇਦਾਂ ਹੀ ਮੋਲਾ ਜੱਟ ਜਦੋਂ ਲੱਗੀ ਐ ਅਸ਼ਬਸਤਾਨ ਸੈਂਡਵਿਚ ਆਹਾਂ 2.5 ਸਾਲ ਲੱਗੀ ਰਹੀ ਹਾਂ ਤੇ ਕਿੱਥੋਂ ਕਿੱਥੋਂ ਲੋਕ ਦੁਨੀਆ ਆਏ ਮੈਂ ਕਿਹਾ ਘਰ ਕਰਮਲੀ ਖੇ ਵੇਖਣ ਗਿਆ ਫਿਲਮ ਨਹੀਂ ਜੀ ਨਹੀਂ ਮੈਨੂੰ ਤੇ ਜਿੰਨੇ ਬੰਦੇ ਕਹਿੰਦੇ ਨੇ ਫਿਲਮ ਵਹਾਂ ਮੈਂ ਕਰਨੇ ਚਲਾ ਚਲੀਏ ਮੈਂ ਆਕੇ ਤੇ ਸ਼ੈਲਮੇ ਦੇ ਕੋਲ ਕਹਿੰਨਾ ਬਈ ਉਹ ਵੇਖ ਲੱਗੀ ਆ ਅੱਛਾ ਹਾਂ ਮੈਂ ਬੁਖਾ ਕੇ ਨਿਕਲ ਜੰਨਾ ਹਾਂ ਮੈਂ ਮੈਂ ਕੌਣ ਟਿੰਨ ਕਾ ਇੱਥੇ ਬੈਠੜੇ ਵੇ ਪਾਗਲ ਮੈਂ ਦੱਸ ਇਹ ਗੱਲ ਹੋਈ ਇੱਕ ਮੁਤਾਬਦੀਨ ਜੀ ਵੰਡ ਹੁੰਦੀ ਹੈ ਇੱਕ ਵੇਲਾ ਸੀਗਾ ਨਾ ਇਸ ਤੌਰ ਦਾ ਹੁਣ ਮੈਨੂੰ ਇੱਕ ਦਿਨ ਮੇਰਾ ਬੈਲੀ ਕਹਿਣ ਲੱਗਿਆ ਕਿ ਯਾਰ ਇੱਥੇ ਨਾ ਆਪਣਾ ਚਲੀਏ ਲక్ష్ਮੀ ਹਾਂ ਤੇ ਇੱਥੇ ਨਾ ਜੀ ਪੁਰਾਣੀ ਫਿਲਮ ਆਈ ਮਿਰਜ਼ਾ ਜੱਟ ਹਾਂ ਅਸੀਂ ਜਨਾਬ ਆ ਗਏ ਉਹ ਸੇ ਟਿਕਟਾਂ ਲੈ ਕੇ ਵਿੱਚ ਚਲੇ ਗਏ ਹਾਂ ਹਾਂ ਤੇ ਮੈਂ ਅਸੀਂ ਤਿੰਨ ਬੰਦੇ ਆਏ ਹਾਂ ਤੇ ਪੂਰੇ ਹਾਲਜ ਟੋਟਲ ਬੰਦੇ 5 ਸੇ ਮਾਸ਼ਾਅੱਲਾ ਤਿੰਨ ਅਸੀਂ ਤੇ ਦੋ ਗੇਟ ਵਾਲੇ ਦੋ ਆ ਅਜੋ ਕਹਿੰਦੇ ਅਸੀਂ ਆਏ ਨਸ਼ਾ ਪੂਰਾ ਕਰਨ ਹਾਂ ਅਬਦੁੱਲ ਹੱਕ ਸਾਡਾ ਬਿੱਲ ਹੀ ਆਇਆ ਕਬਦਸਤਾਰ ਹੈ شیخੂ ਬੁਰੇ ਤੋਂ ਅੱਛਾ ਉਹ ਕਹਿੰਦਾ ਜੀ ਆਪਾਂ ਉਹੀ ਕੰਮ ਕਰਨੇ ਨੇ ਜਦੋਂ ਵਕਫਾ ਹੋਇਆ ਤੇ ਵਿੱਚ ਪਾਪੜ ਵੀ ਲੈਣੇ ਆਹ ਬਾਹਰ ਜਾ ਕੇ ਫਿਰਨਾ ਟੁਰਨਾ ਵੀ ਹੈ ਬਿਲਕੁਲ ਠੀਕ ਹੈ ਤੇ ਮੈਂ ਕਹਾਂ ਜੇ ਮੌਕਾ ਲਗਾ ਕਿਸੇ ਨਾਲ ਲੜ ਵੀ ਪਾਂ ਕਿਸੇ ਨਾਲ ਗੇਟ ਕੀਪਰ ਹੀ ਸ਼ਾਂਤ ਹੋ ਉਸੇ ਲਈ ਲੋ ਜੀ ਗੱਲ ਇਹ ਹੈ ਅੱਬ ਅੱਲਾ ਤੁਹਾਡੀ ਜ਼ਿੰਦਗੀ ਸਿਹਤ ਕਰੇ ਅੱਲਾ ਸਲਾਮਤ ਰੱਖੇ ਤੁਹਾਨੂੰ ਫਿਰ ਇਨਸ਼ਾ ਅੱਲਾ ਬਾਕੀ ਦੀਆਂ ਗੱਲਾਂ ਕੱਲ ਤੇ ਰੱਖਨੇ ਆ ਤੇ ਅੱਜ ਮਾਰਨੇ ਨਾਰਾ ਪਾਕਿਸਤਾਨ ਜ਼ਿੰਦਾਬਾਦ